ਓ एवरीवन ਵੈਲਕਮ ਟੂ ਸਟ੍ਰੇ ਸ਼ੋਰ ਕੱਟਸ ਹਰ ਸਟਰੀ ਬਿਕਮਸ ਈਜ਼ਰ ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਅਫੀਸ਼ੀਅਲ ਵੈਬਸਾਈਟ ਤੇ ਜਿੱਥੇ ਆਪਾਂ ਓਪਨ ਕੀਤਾ ਜੀ ਪੋਰਟਲ ਰਿਕਰੂਟਮੈਂਟ ਆਫ ਮਾਸਟਰ ਕੈਡਰ ਬੈਕਲੋਗ 693 ਪੋਸਟ ਦੇ ਦਿਖਾ ਨਹੀਂ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਨਿਊ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਜਿਹੜੀ ਜੀ ਆਊਟ ਕਰ ਦਿੱਤੀ ਗਈ ਹੈ ਜੀ ਹੁਣੇ-ਹੁਣੇ ਇਹ ਸਿਲੈਕਸ਼ਨ ਲਿਸਟ ਆਊਟ ਕੀਤੀ ਗਈ ਹੈ ਇੰਗਲਿਸ਼ ਮੈਥ ਤੇ ਸਾਇੰਸ ਤਿੰਨਾਂ ਦੀ ਹੀ ਸਿਲੈਕਸ਼ਨ ਲਿਸਟ ਜਿਹੜੀ ਆਊਟ ਕਰ ਦਿੱਤੀ ਗਈ ਹੈ 1493 ਦੇ ਰਿਗਾਰਡਿੰਗ ਤੇ ਜਿਹੜੇ ਵੀ ਕੈਂਡੀਡੇਟਸ ਇਹਨਾਂ ਸਿਲੈਕਸ਼ਨ ਲਿਸਟ ਦੇ ਵਿੱਚ ਸਿਲੈਕਟ ਹੋਏ ਜੀ ਉਹਨਾਂ ਸਾਰਿਆਂ ਨੂੰ ਹੀ ਮੇਰੇ ਵੱਲੋਂ ਕੰਗ੍ਰੈਚੁਲੇਸ਼ਨਸ ਤੇ ਬਹੁਤ ਉਹਨਾਂ ਨੂੰ ਜਲਦੀ ਹੀ ਹੁਣ ਆਫਰ ਲੈਟਰ ਲੈਣ ਲਈ ਬੁਲਾਇਆ ਜਾਏਗਾ ਕੋਪਸੋ ਕੱਲ੍ਹ ਜਾਂ ਫਿਰ ਪਰਸੋ ਉਹਨਾਂ ਨੂੰ ਆਫਰ ਲੈਟਰ ਲੈਣ ਲਈ ਬੁਲਾਇਆ ਜਾ ਸਕਦਾ ਹੈ ਤੇ ਕਈ ਵਾਰ ਆਫਰ ਲੈਟਰ ਲੈਣ ਲਈ ਜਿਹੜਾ ਨੋਟੀਫਿਕੇਸ਼ਨ ਹੈ ਜਾਂ ਪਬਲਿਕ ਨੋਟਿਸ ਹੈ ਜੋ ਕਈ ਵਾਰ ਕਾਫੀ ਦੇਰ ਰਾ ਤਾ ਅਪਲੋਡ ਕੀਤਾ ਜਾਂਦਾ ਹੈ ਤੋਂ ਇਸ ਦੇ ਰਿਗਾਰਡਿੰਗ ਜਿਹੜੇ ਤੁਹਾਡੇ ਡਾਕੂਮੈਂਟਸ ਹੈ ਯਾਨੀ ਕਿ ਅਪਲਾਈ ਕਰਨ ਦਾ ਸਬੂਤ ਤੇ ਫੀਸ ਭਰਨ ਦਾ ਸਬੂਤ ਜਿਹੜਾ ਉਹ ਆਪਣਾ ਤੁਸੀਂ ਤਿਆਰ ਰੱਖੋ ਆਪਣਾ ਆਇਡੈਂਟੀਟੀ ਕਾਰਡ ਇੱਕ ਤਿਆਰ ਰੱਖੋ ਜਿਸ ਨੂੰ ਲੈ ਕੇ ਤੁਸੀਂ ਉੱਥੇ ਜਾ ਕੇ ਆਪਣਾ ਆਫਰ ਲੈਟਰ ਰੀਸੀਵ ਕਰਨਾ ਹੋਵੇਗਾ ਸੋ ਜਿਹੜਾ ਆਫਰ ਲੈਟਰ ਦਾ ਜਿਹੜਾ ਨੋਟਿਸ ਉਹ ਕਦੀ ਵੀ ਆ ਸਕਦਾ ਹੈ ਸੋ ਆਪਣੇ ਡਾਕੂਮੈਂਟਸ ਤਿਆਰ ਰੱਖੋ ਤੇ ਤਿੰਨਾਂ ਦੀ ਜ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਜੀ ਲੈਕਚਰਰ ਕਾਡਰ ਦੇ ਵਿੱਚ ਜਿਹੜੇ ਕੈਂਡੀਡੇਟਸ ਨੇ ਅਪਲਾਈ ਕੀਤਾ ਹੋਇਆ ਸੀ 352 ਤੇ 191 ਉਹਨਾਂ ਪੋਸਟਾਂ ਦੀ ਸਕਰੂਟੀ ਜਿਹੜੀ ਆ ਉਹ ਆ ਚੁੱਕੀ ਹੈ ਉਸ ਦੇ ਰਿਗਾਰਡਿੰਗ ਫਾਰਮਸ ਫਾਈਲਸ ਡਾਕੂਮੈਂਟਸ ਹਰ ਇੱਕ ਚੀਜ਼ ਦੇ ਰਿਗਾਰਡਿੰਗ ਡੀਟੇਲ ਇਨਫੋਰਮੇਸ਼ਨ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਉਸ ਦਾ ਲਿੰਕ ਤੁਹਾਨੂੰ ਵਾਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ ਵੀਡੀਓ ਨੂੰ ਦੇਖੋ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਕੋਈ ਕੋਈ ਅਫੀਸ਼ੀਅਲ ਅਪਡੇਟ ਆਉਂਦੀ ਜੇ ਆਪਾਂ ਤੁਹਾਨੂੰ ਇਸੇ ਚੈਨਲ ਤੇ ਸਭ ਤੋਂ ਪਹਿਲਾਂ ਅਪ ਹੋ ਸਕੇ। ਉਸ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਮਿਲ ਜਾਏਗਾ। ਤੇ ਇਸੇ ਕੀ ਜੀ ਇਨਫੋਰਮੇਸ਼ਨ ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਰਹੀ ਹੋਏਗੀ। ਇੱਕ ਨੋਟੀਫਿਕੇਸ਼ਨ ਨੂੰ ਟਾਈਮ ਸੇਟ ਤੇ ਸਭ ਤੋਂ ਪਹਿਲਾਂ ਪਾਉਣ ਲਈ ਤੁਸੀਂ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਉਸ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਮਿਲ ਜਾਏਗਾ। ਥੈਂਕ ਯੂ।